ਤੇ ਮੇਰੇ ਡੈਡਾ ਇਹ ਸੁਣਾਉਂਦੇ ਸੀ ਕਿ ਪਹਿਲੇ ਖਾਣੇ ਪੀਣੇ ਦੀ ਚੋਰੀਆਂ ਹੁੰਦੀਆਂ ਹਾਂ ਕੋਹਰੇ ਘਰੋਂ ਸ਼ੱਕਰ ਜਿਹੜੀ ਚੋਰੀ ਕਰ ਲਈ ਕੋਹਰੇ ਘਰੋਂ ਚੌਲ ਜਿਹੜੇ ਚੋਰੀ ਕਰ ਲਏ ਅੱਜ ਕੱਲ੍ਹ ਮਹਾਰਾਜ ਕਾਂਟੇ ਚੈਨੀਆਂ ਸੁੰਨਾ ਇਹ ਸਭ ਕੁਛ ਤਾਂ ਛੱਡੋ ਅੱਜ ਕੱਲ੍ਹ ਗੱਡੀਆਂ ਪਰ ਹੱਥ ਪਾ ਮਾੜੀ ਮੁੱਟੀਆਂ ਚੋਰੀਆਂ ਨਹੀਂ ਕਰਦੇ ਹੋਣੇ ਵੱਡੇ ਵੱਡੇ ਹੱਥ ਜਿਹੜੇ ਮਾਰ ਦੇਣਾ ਤੇ ਤਰੋਈਏ ਵੀਰੋ ਮੇਰੀ ਗੱਲ ਸੁਣ ਲਓ ਕੰਨੇ ਭੈਣ ਉਹ ਵੀ ਵਾਰ ਵਾਰ ਨਹੀਂ ਡੈਡੀ ਨੇ ਮੋਟਰਸਾਈਕਲ ਲਈ ਦੇਣਾ ਵਾਰ ਵਾਰ ਨਹੀਂ ਬੱਬਾ ਸਕੂਟੀ ਜਿਹੜਾ ਉਹ ਖੁਸ਼ ਹੋਈ ਲਈ ਦਿੰਦਾ ਜਿਹੜੀਆਂ ਚੀਜ਼ਾਂ ਸਾਨੂੰ ਮਿਲੀ ਜਾਂਦੀ ਮੁਫਤਾਂ ਜੋ ਉੱਪਰ ਜਿਹੜੀ ਟੱਕੀ ਪਾਉਂਦੀ ਹੈ ਤੇ ਉਹ ਚਾਬੀ ਜਿਹੜੀ 24 ਘੰਟੇ ਆਪਣੀ ਜੇਬਾਂ ਜਿਹੜੀ ਉਹ ਪਾਈ ਰੱਖਣੀ ਧਿਆਨ ਨਹੀਂ ਰੱਖੀ ਸਕਦੇ ਹੋ ਪੈਂਟ ਪਾ ਰਹੀ ਹੁੰਦੀ ਪੈਂਟ ਤਾਂ ਕਹਿੰਦੇ ਹੁੰਦੇ ਲੁੱਪੀ ਉਹ ਲੁੱਪੀ ਦੇ ਲਾਉੜਾ ਇੱਕ ਕੁੰਡਾ ਬਸ ਤੁਸੀਂ ਕੁੰਡੇ 'ਚ ਜਿਹੜੀ ਆ ਤੁਸੀਂ ਉਹ ਚਾਬੀ ਪਾਈਏ ਰੱਖਣੀ ਤੇ ਚਾਬੀ 24 ਘੰਟੇ ਤੁਹਾਡੇ ਕੰਨੇ ਕੇ ਜਿਹੜੀ ਸਹੀ ਨਹੀਂ ਆਉਣਾ ਹੈ ਤੁਹਾਡੀ ਰਾਣ ਨੇ ਚੁਬਣੀ ਵੀ ਆਈ ਹੋ ਨਮਸਤੇ ਆਉਂ ਆ ਪ੍ਰਗਿਆ ਸਲੋਤਰਾ ਤੇ ਤੋ ਸਾਰੇ ਲੋਕ ਦਿਖਾ ਕਰਦੇ ਹੋ ਸਿੱਧੀ ਲਕੀਰ ਉਹ ਮੜਿਓ ਇਹਨੇ ਚੋਰੇ ਜਿਹੜਾ ਨਾ ਤੂੰ ਦੇ ਰੱਖਿਆ ਨਾਸਿਆਂ 'ਚ ਇਨ ਚੋਰੀਆਂ ਦੇ ਹੱਥ ਜਿਹੜੇ ਨੂੰ ਅੱਡੇ ਅੱਡੇ ਵੱਧਦੇ ਜਾ ਕਰਦੇ ਨੇ ਵੱਡੀ ਵੱਡੀ ਚੀਜ਼ਾਂ ਪਰ ਹੱਥ ਜਿਹੜਾ ਉਹ ਮਾਰਾ ਕਰਦੇ ਨੇ ਪਹਿਲੇ ਹੁੰਦੇ ਸੀ ਕਿਸੇ ਜ਼ਮਾਨੇ ਮਾੜੀ ਮੁੱਟੀਆਂ ਚੋਰੀਆਂ ਮੇਰੇ ਡੈਡਾ ਦੇ ਇਹ ਸੁਣਾਉਂਦੇ ਡੈਡਾ ਮਤਲਬ ਪਿਓ ਆ ਮੈਂ ਪਿਆਰ ਕਰਨੇ ਡੈਡਾ ਆਖਣੀ ਨਹੀਂ ਅਤੇ ਮੇਰੇ ਡੈਡਾ ਇਹ ਸੁਣਾਉਂਦੇ ਸੀ ਕਿ ਪਹਿਲੇ ਖਾਣੇ ਪੀਣੇ ਦੀ ਚੋਰੀਆਂ ਹੁੰਦੀਆਂ ਹਾਂ ਪਹਿਲੇ ਇਹ ਨਹੀਂ ਕਿਸੇ ਚੀਜ਼ ਚੁਰਾਈ ਲਈ ਕਿਸੇ ਦਾ ਸੁੰਨਾ ਚੁਰਾਈ ਲਿਆ ਇਹ ਨਹੀਂ ਚੋਰੀ ਹੁੰਦਾ ਪਹਿਲੇ ਚੋਰੀ ਹੁੰਦੀ ਖਾਣੇ ਪੀਣੇ ਚੀਜ਼ਾਂ ਕੋਹਰੇ ਘਰੋਂ ਸ਼ੱਕਰ ਜਿਹੜੀ ਚੋਰੀ ਕਰ ਲਈ ਕੋਹਰੇ ਘਰੋਂ ਚੌਲ ਜਿਹੜੇ ਚੋਰੀ ਕਰ ਲਈ ਅਤੇ ਡੈਡਾ ਸੁਣਾਉਂਦੇ ਇਹ ਲਈਆਂ ਚੋਰੀਆਂ ਖਾਣੇ ਪੀਣੇ ਦੀ ਚੋਰੀਆਂ ਹੁੰਦੀ ਘਿਓ ਲੈ ਲਿਆ ਅਤੇ ਅੱਜ ਕੱਲ੍ਹ ਮਹਾਰਾਜ ਕਾਂਟੇ ਚੈਨੀਆਂ ਸੁੰਨਾ ਇਹ ਸਭ ਕੁਛ ਤਾਂ ਛੱਡੋ ਅੱਜ ਕੱਲ੍ਹ ਗੱਡੀਆਂ ਪਰ ਹੱਥ ਪਾਇਆ ਦਾ ਹੈ ਚੋਰੀਆਂ ਦੀ ਗਿਣਤੀ ਇੰਨੀ ਵੱਧਦੀ ਜਾ ਕਰਦੀ ਹੈ ਔਰ ਇਹਦੀ ਡਿਮਾਂਡ ਵੀ ਜਿਹੜੀ ਉਹ ਇੰਨੀ ਵੱਧਦੀ ਜਾ ਕਰਦੀ ਹੈ ਕਿ ਮਾੜੀ ਮੁੱਟੀਆਂ ਚੋਰੀਆਂ ਨਹੀਂ ਕਰਦੇ ਹੋਣੇ ਵੱਡੇ ਵੱਡੇ ਹੱਥ ਜਿਹੜੇ ਮਾਰ ਦੇਣਾ ਸਾਂਬੇ ਦਾ ਹਾਲ ਮੈਂ ਤੁਸੀਂ ਸੁਣਾਉਣਾ ਸਾਂਬੇ ਦਾ ਰੋਜ਼ ਨਵਾਂ ਚੋਰ ਨਿਕਲੀ ਆਉਂਦਾ ਅੱਜ ਕੱਲ੍ਹ ਜਿਲ੍ਹੇ ਅਖਬਾਰ ਖੋਲ੍ਹੋ ਨਹੀਂ ਜਿਲ੍ਹੇ ਫੇਸਬੁੱਕ ਖੋਲ੍ਹੋ ਨਹੀਂ ਅਤੇ ਮਹਾਰਾਜ ਪਹਿਲੇ ਕਿ ਸਾਂਬੇ ਦਾ ਪਰਚਾ ਸਾਹਮਣੇ ਆ ਜਾਂਦਾ ਸਾਂਬੇ ਬੱਤੀ ਨਹੀਂ ਆ ਰਹੀ ਸਾਂਬੇ ਪਾਣੀ ਨਹੀਂ ਧੋਆ ਰਹਾ ਸਾਂਬੇ ਇਹ ਨਹੀਂ ਵਾਲਾ ਸਾਂਬੇ ਦੇ ਉਹ ਨਹੀਂ ਸਾਂਬੇ ਦੇ ਲੋਕ ਕਿੰਨੇ ਆਪੇ ਸੋਚੋ ਕਿੰਨੇ ਪਰੇਸ਼ਾਨ ਜਿਹੜੇ ਨਾ ਉਹ ਵਿਚਾਰੇ ਹੋਣੇ ਇੱਕ ਅੱਗੇ ਪਾਣੀ ਨਹੀਂ ਆਉਂਦਾ ਇੱਕ ਅੱਗੇ ਬੱਤੀ ਨਹੀਂ ਆ ਰਹੀ ਉੱਪਰ ਉਹਨੇ ਚੋਰੇ ਜਿਹੜਾ ਉਹ ਨਾਸੇ ਧੂੰ ਦਿੱਤੇ ਦਾ ਇਹਨੇ ਚੋਰੇ ਕੀ ਕੀਤਾ ਮਹਾਰਾਜ ਕਿ ਇੱਕ ਜਾਕਤ ਉਹ ਵਿਚਾਰਾ ਆਪਣੇ ਦਫ਼ਤਰ ਤੋਂ ਜਿਹੜਾ ਉਹ ਛੁੱਟੀ ਕਰੀ ਘਰ ਆਵਾ ਦਾ ਅਤੇ ਇੰਸ਼ੋਰੈਂਸ ਕੰਪਨੀ ਵਾਲਿਆਂ ਦਾ ਫੋਨ ਆਈ ਉਹਨੇ ਆਖਿਆ ਮਹਾਰਾਜ ਆਪਣਾ ਇੰਸ਼ੋਰੈਂਸ ਜਿਹੜਾ ਇਹ ਲੈ ਲਓ ਅਤੇ ਅਗਲੇ ਨੇ ਕੀ ਕੀਤਾ ਖੁਸ਼ ਹੋਈ ਆ ਅਗਲਾ ਮਹਾਰਾਜ ਜਾ ਰਿਹਾ ਉਹਨੇ ਰਸਤੇ 'ਚ ਅੱਗੇ ਫਟਾਫਟ ਗੱਡੀ ਜਿਹੜੀ ਉਹ ਪਾਰਕ ਕੀਤੀ ਉਹਦੇ ਦਫ਼ਤਰਾਂ ਦੇ ਬਾਹਰ ਗਏ ਗੱਡੀ ਜਿਹੜੀ ਉਹ ਪਾਰਕ ਕੀਤੀ ਹਾਈਵੇ ਉੱਪਰ ਗਏ ਲਾਈ ਅਤੇ ਕਾਲੀ ਕਾਲੀ 'ਚ ਨਾ ਚਾਬੀ ਜਿਹੜਾ ਵਿਚਾਰਾ ਉੱਥੇ ਛੱਡੀ ਆ ਜਿਹੜੇ ਚਾਬੀ ਉੱਥੇ ਜਿਹੜੀ ਉਹ ਗਲਤੀ ਹੋਈ ਨਾ ਉਹਦੇ ਕੋਲਾਂ ਕਿ ਚਾਬੀ ਜਿਹੜੀ ਉਹ ਮੋਟਰਸਾਈਕਲ ਕੰਨੇ ਕੇ ਲੱਗੀ ਰਹੀ ਅਤੇ ਬਸ ਉਹਦਾ ਕੀ ਨਜਾਇਜ਼ ਫਾਇਦਾ ਚੁੱਕੀ ਲਿਆ ਚੋਰੇ ਉਹ ਰੱਬ ਜਾਣੇ ਉਹਦਾ ਪਿੱਛਾ ਕਰਾ ਦੇ ਇਹ ਹੈਂ ਕੋਲੇ ਦੀ ਤਾਕ ਜਿਹੜੀ ਉਹ ਰੱਖੀ ਦੀ ਸੀ ਅਤੇ ਉਹ ਵਿਚਾਰਿਆ ਦਾ ਮੋਟਰਸਾਈਕਲ ਜਿਹੜਾ ਉਹ ਚੋਰੀ ਹੋਈ ਆ ਇਸ ਤੋਂ ਵੀ ਮਾੜੀ ਗੱਲ ਸੁਣਾ ਇਹ ਉਹਦੇ ਕਹਿੰਦੇ ਦੂਈ ਵਾਰੀ ਹੋਇਆ ਰੋਣੇ ਵਾਲਾ ਉਹ ਵਿਚਾਰਾ ਪੰਜਾਬ ਦਾ ਜੰਮੂ ਕਰਦਾ ਨੌਕਰੀ ਪਹਿਲੇ ਵੀ ਇੱਕ ਵਾਰ ਮੋਟਰਸਾਈਕਲ ਚੋਰੀ ਹੋਈ ਆ ਉਹ ਪਹਿਲੇ ਟਾਈਮ ਹੋਇਆ ਜਿਲ੍ਹੇ CCTV ਕੈਮਰਾ ਜਿਹੜੇ ਉਹ ਘੱਟ ਵੱਧ ਕੇ ਜਿਹੜੇ ਉਹ ਲੱਗੇ ਰਹਿੰਦੇ ਸੀ ਲੋਕਾਂ ਦੇ ਅੱਗੇ ਪਿੱਛੇ ਜਾਂ ਹਾਈਵੇ ਉੱਪਰ ਜਾਂ ਸ਼ਿੜਕਾਂ ਦੇ ਉੱਪਰ ਘੱਟ ਵੱਧ ਕੇ ਲੱਗੇ ਰਹਿੰਦੇ ਸੀ ਅਤੇ ਉਹ ਮਾਰਾ ਉਹ ਵਿਚਾਰਾ ਪਹਿਲਾਂ ਤਾਂ ਗਿਆ ਹੀ ਗਿਆ ਗੰਮ 'ਚ ਅੱਗੇ ਮੋਟਰਸਾਈਕਲ ਉਹਦਾ ਚਲੀ ਗਿਆ ਅਤੇ ਜਿਹੜਾ ਉਹਨੇ ਦੂਆ ਇੰਨੀ ਮਿਹਨਤ ਕਰੀ ਹੈ ਮੋਟਰਸਾਈਕਲ ਲਿਆ ਤਾਂ ਉਹ ਜਿਹੜਾ ਮਾਰਾ ਉਹ ਵੀ ਚੋਰੀ ਹੋਈ ਆ ਉਹ ਭਲਾ ਹੋਵੇ CCTV ਕੈਮਰਿਆਂ ਦਾ ਕਿ ਉਹਨੇ ਉਸ ਜਾਕਤ ਕੀ ਜਿਹੜਾ ਉਹ ਕੈਦ ਕੀਤਾ ਅਤੇ ਉਹ ਜਾਕਤ ਜਿਹੜਾ ਉਹ ਕੈਮਰੇ 'ਚ ਆਈ ਤਾਂ ਗਿਆ ਕਿ ਉਹ ਮੋਟਰਸਾਈਕਲ ਉਹਦਾ ਲਈ ਜਿਹੜਾ ਉਹ ਲੰਘਿਆ ਤਾਂ ਉਹਨੇ ਪੁਲਿਸ ਵਾਲਿਆਂ ਕਨੇ ਗੱਲਬਾਤ ਕੀਤੀ FIR ਜਿਹੜੀ ਲਾਈ ਹੈ ਤਾਂ ਪੁਲਿਸ ਵੀ ਜਿਹੜੀ ਉਹ ਕੋਆਪਰੇਟ ਕਰਾ ਕਰਦੀ ਹੈ ਅੱਗੇ ਉਹਦੀ ਕਾਰਵਾਈ ਜਿਹੜੀ ਉਹ ਹੋਗੀ ਰੱਬ ਕਰੇ ਵਿਚਾਰੇ ਗੀਤ ਹੋਈ ਹੈ ਕਿ ਕਿਸੇ ਨੇ ਕਿਵੇਂ ਕਿਵੇਂ ਕਰੀਏ ਚੀਜ਼ ਜਿਹੜੀ ਉਹ ਖਰੀਦੀ ਹੁੰਦੀ ਮਿਲਿਓ ਕੋਈ ਲੋਨ ਉੱਪਰ ਲੈ ਦਾ ਠੀਕ ਹੈ ਕੋਈ ਇਵੇਂ ਲੈ ਲੈਂਦਾ ਚਾਹ ਕਰਨੇ ਕਿਸੇ ਕੀ ਡੈਡੀ ਜਿਹੜਾ ਉਹ ਲਈ ਦੇ ਉੜਦਾ ਖੁਸ਼ ਹੋਈਏ ਪਰ ਇਹਨਾਂ ਚੀਜ਼ਾਂ ਦੀ ਨਾ ਸਾਂਭ ਰੱਖੋ ਜਿਹੜੀ ਸਾਨੂੰ ਕਾਲੀ ਹੈ ਨਾ ਹਰ ਵਿਹਲੇ ਖਿੱਟ ਮਾਰਨ ਦੀ ਹਰ ਵਿਹਲੇ ਖਿੱਟ ਮਾਰਨ ਦੀ ਨਾ ਖਾਣ ਦੀ ਹੋਸ਼ ਨਾ ਪੀਣ ਦੀ ਹੋਸ਼ ਨਾ ਸੋ ਨੀਂਦਰ ਸਾਨੂੰ ਟੰਗਾ ਦੀ ਆਉਂਦੀ ਸਾਨੂੰ ਬਸ ਹਰ ਚੀਜ਼ ਦੀ ਕਾਲੀ ਹੈ ਬਸ ਉਸ ਕਾਲੀ ਜਿਸ ਕੇ ਕਰਨੇ ਨਾ ਆਪਣਾ ਨੁਕਸਾਨ ਆਪੇ ਕੇ ਕਰਾਉਣੇ ਅਤੇ ਤਰੋਈਏ ਵੀਰੋ ਮੇਰੀ ਗੱਲ ਸੁਣ ਲਓ ਕੰਨੇ ਭੈਣ ਉਹ ਵੀ ਵਾਰ ਵਾਰ ਨਹੀਂ ਡੈਡੀ ਨੇ ਮੋਟਰਸਾਈਕਲ ਲਈ ਦੇਣਾ ਵਾਰ ਵਾਰ ਨਹੀਂ ਬੱਬਾ ਸਕੂਟੀ ਜਿਹੜਾ ਉਹ ਖੁਸ਼ ਹੋਈ ਲਈ ਦਿੰਦਾ ਇਹ ਜਿਹੜੀਆਂ ਚੀਜ਼ਾਂ ਸਾਨੂੰ ਮਿਲੀ ਜਾਂਦੀ ਮੁਫਤਾਂ ਜੋ ਉੱਪਰ ਜਿਹੜੇ ਟੱਕੀ ਪਾਉਂਦੀ ਹੈ ਅਤੇ ਉਸ ਚੀਜ਼ ਦੀ ਨਾ ਸਾਂਭ ਉਹਰੀ ਰੱਖੋ ਅਤੇ ਚਾਬੀ ਜਿਹੜੀ ਹੈ ਨਾ ਉਹ 24 ਘੰਟੇ ਜਿਲ੍ਹੇ ਤੁਸੀਂ ਗੱਡੀ ਕੁਦੇ ਪਾਰਕ ਕਰਦੇ ਹੋ ਤਾਂ ਉਹ ਚਾਬੀ ਜਿਹੜੀ 24 ਘੰਟੇ ਆਪਣੀ ਜੇਬਾਂ ਜਿਹੜੀ ਉਹ ਪਾਈ ਰੱਖਣੀ ਹੈ ਜੇ ਤੁਸੀਂ ਜੇਬਾਂ ਨਹੀਂ ਪਾਈ ਸਕਦੇ ਹੋ ਜੇ ਤੁਸੀਂ ਕੀ ਚੀਜ਼ ਜਿਹੜੀ ਉਹ ਮਤਲਬ ਅੱਗੇ ਪਿੱਛੇ ਕੁਦਰ ਰੁਕੋਈ ਜਾਂਦੀ ਤੁਸੀਂ ਧਿਆਨ ਨਹੀਂ ਰੱਖੀ ਸਕਦੇ ਹੋ ਪੈਂਟ ਪਾ ਰਹੀ ਹੁੰਦੀ ਪੈਂਟ ਤਾਂ ਕਹਿੰਦੇ ਹੁੰਦੇ ਲੁੱਪੀ ਉਹ ਲੁੱਪੀ ਦੇ ਲਾਉੜਾ ਇੱਕ ਕੁੰਡਾ ਬਸ ਤੁਸੀਂ ਕੁੰਡੇ 'ਚ ਜਿਹੜੀ ਆ ਤੁਸੀਂ ਉਹ ਚਾਬੀ ਪਾਈਏ ਰੱਖਣੀ ਅਤੇ ਚਾਬੀ 24 ਘੰਟੇ ਤੁਹਾਡੇ ਕੰਨੇ ਕੇ ਜਿਹੜੀ ਉਹ ਰੋਗੀ ਪਾਈਏ ਸਹੀ ਨਹੀਂ ਆਉਣਾ ਹੈ ਤੁਹਾਡੀ ਰਾਣ ਨੇ ਚੁਬਣੀ ਵੀ ਆਈ ਹੋ ਇਹਦੇ ਕੰਨੇ ਜਿੱਥੇ ਪਾਰਕਿੰਗ ਹੋ ਨਾ ਉੱਥੇ ਲਾਈ ਲਓ ਮੜਿਓ
ਉੱਥੇ ਗੱਡੀ ਪਾਰਕ ਕਰ ਲਓ, ਉੱਥੇ ਮੋਟਰਸਾਈਕਲ ਪਾਰਕ ਕਰੇ, ਚਾਰ ਪੈਸੇ ਵੱਧ ਜੇਬੇ ਬੇਸ਼ੱਕ ਚਲੀ ਜਾਣਗੇ, ਪਰ ਚੀਜ਼ ਤਾਂ ਘੱਟਾ ਘੱਟ ਉਹਦੀ ਸਾਂਭ ਰਹੂਗੀ ਨਾ। ਉਹ ਉੱਪਰ ਜਿਹੜਾ ਕਾਲੀ ਐਨਕ ਲੱਗੀ ਰਹੀ ਹੁੰਦੀ ਹੈ, ਉਹ ਕੈਮਰਾ ਜਿਹੜਾ ਲੱਗੇ ਰਹਿੰਦਾ ਹੁੰਦਾ, ਉਹਦੇ ਨਿਗਰਾਨੀ 'ਚ ਜਿਹੜਾ ਤੁਹਾਡੀ ਚੀਜ਼ ਰਹੂਗੀ ਨਾ। ਜੇ ਇੰਨੀਆਂ ਅੱਗੇ ਪਿੱਛੇ ਕੂਤੇ ਲਾਈ ਹੋਣਗੇ ਤਾਂ ਬਸ ਮਾਰਾ ਨੁਕਸਾਨ ਜਿਹੜਾ ਉਹ ਹੀ ਆਉਣਾ। ਅਤੇ ਇਸ ਚੀਜ਼ ਦਾ ਜਿਹੜਾ ਉਹ ਤੁਸੀਂ ਪੂਰਾ ਪੂਰਾ ਧਿਆਨ ਜਿਹੜਾ ਉਹ ਰੱਖਣਾ। ਔਰ ਆ ਸਭ ਤੋਂ ਜ਼ਿਆਦਾ ਮੈਂ ਸਮਝਾਉਣਾ ਚਾਹੁੰਦੀ ਆਪਣੇ ਪੱਤਰਕਾਰ ਭੈਣ ਭਰਾਵੇਂ, ਹੱਥ ਜੋੜੀਏ ਵੀਰੋ ਭੈਣੋ, ਬਿੰਦੀ ਹੈ ਕਿ ਅਸੀਂ ਸਟੋਰੀ ਦੀ ਬੜੀ ਕਾਲੀ ਹੁੰਦੀ ਤਾਂ ਅਸੀਂ ਸਟੋਰੀ ਦੇ ਚਲਦੇ ਫਟਾਫਟ ਗੱਡੀ ਪਾਰ ਕਰ ਰਹੇ, ਫਟਾਫਟ ਸਕੂਟਰ ਪਾਰ ਕਰ ਰਹੇ, ਤਾਂ ਅਸੀਂ ਆਖਦੇ ਪਹਿਲੇ ਸਟੋਰੀ ਇੰਪੋਰਟੈਂਟ ਹੈ ਸਾਡੀ, ਅਸੀਂ ਵੀ ਕਰਨੇ ਹੀ ਹੋ ਸਟੋਰੀ ਇੰਪੋਰਟੈਂਟ ਹੈ, ਸਟੋਰੀ ਕੀ ਦੇਖੀ ਲੈਂਦੇ ਉਹ ਮੜਿਓ ਅਗਲੇ ਦੀ ਸਟੋਰੀ ਕਰਦੇ ਕਰਦੇ ਕਦੇ ਆਪਣੀ ਨਾਲ ਸਟੋਰੀ ਬਣੀ ਹੈ। ਇਸ ਚੀਜ਼ ਦਾ ਧਿਆਨ ਰੱਖਣਾ ਕਿ ਚਾਬੀ ਜਿਹੜੀ ਹੈ ਉਹ ਕੁੰਡੇ ਕੰਨੇ ਲਾਈ ਰੱਖਣੀ ਹੈ ਨਹੀਂ। ਓਕੇ।